ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ ਇੱਕ ਨਵਾਂ DIY ਪ੍ਰੋਜੈਕਟ, ਡੂ ਇਟ ਯੂਅਰ ਸੈਲਫ, ਡੀਕੋਡ ਦਾ ਡਿਜੀਟਲ ਵਰਡ ਨੰਬਰ ਸਿਸਟਮ ਟ੍ਰਾਂਸਲੇਸ਼ਨ ਕਿੱਟ। ਸੋ ਇਹ ਜਿਹੜੀ ਕਿੱਟ ਬਣਾਈ ਹੈ ਇਹ ਬੱਚਿਆਂ ਨੂੰ ਇਹ ਸਿਖਾਉਣ ਦੇ ਲਈ ਬਣਾਈ ਗਈ ਹੈ ਜਾਂ ਉਹਨਾਂ ਦੇ ਕਨਸੈਪਟ ਕਲੀਅਰ ਕਰਨ ਦੇ ਲਈ ਬਣਾਈ ਗਈ ਹੈ ਵੀ ਜਿਹੜੀ ਮਸ਼ੀਨ ਦੀ ਲੈਂਗੁਏਜ ਕਿਹੜੀ ਹੈ ਅਤੇ ਉਹ ਕਿੱਦਾਂ ਹਿਊਮਨ ਦੇ ਵਿੱਚ ਹਿਊਮਨ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਹੁੰਦੀ ਹੈ ਅਤੇ ਕਿੱਦਾਂ ਅਸੀਂ ਉਹਨੂੰ ਸਮਝਦੇ ਹਾਂ। ਸਭ ਤੋਂ ਪਹਿਲਾਂ ਇਹਦੀ ਜਿਹੜਾ ਫਰੰਟ ਹੈਗਾ ਟ੍ਰੇਨਰ ਕਿੱਟ ਦਾ, ਇਹਦੇ ਵਿੱਚ ਇੱਕ ਅਸੀਂ LCD ਸਕਰੀਨ ਲਾਈ ਹੋਈ ਆ, 16x2 ਯਾਨੀ ਕਿ 16 ਕਾਲਮ ਨੇ ਅਤੇ 2 ਰੋਜ਼ ਨੇ। ਉਸ ਤੋਂ ਬਾਅਦ ਅਸੀਂ ਇਨਪੁੱਟ ਦੇ ਲਈ ਲਾਏ ਹੋਏ ਨੇ DPDDT ਸਵਿਚਿਸ, ਇਹ ਸਾਡੇ DPDDT ਸਵਿਚਿਸ ਨੇ ਅਤੇ ਨਾਲ 7 ਸੈਗਮੈਂਟ ਡਿਸਪਲੇ ਲਾਏ ਹੋਏ ਨੇ, ਤਾਂ ਇੱਥੇ ਸਾਡੇ ਕੋਲ 0 ਅਤੇ 1 ਡਿਸਪਲੇ ਹੋਊਗਾ। ਮੇਨ ਇੰਪੋਰਟੈਂਟ ਗੱਲ ਇਹ ਹੈਗੀ ਹੈ ਇਸ ਟ੍ਰੇਨਰ ਕਿੱਟ ਦੀ ਕਿ ਜਿਹੜੀ ਹੈਗੀ ਆ ਇਹ ਰੀਚਾਰਜੇਬਲ ਬੈਟਰੀ 'ਤੇ ਚੱਲਦੀ ਆ। ਜਿਹੜੀ ਰੀਚਾਰਜੇਬਲ ਬੈਟਰੀ ਆ ਉਹ ਇਸ ਸੋਲਰ ਪੈਨਲ ਦੇ ਦੁਆਰਾ ਚਾਰਜ ਹੁੰਦੀ ਆ। ਮੈਂ ਤੁਹਾਨੂੰ ਇਹਦਾ ਦੂਜੇ ਪਾਸੇ ਵੀ ਦਿਖਾ ਦਿੰਦਾ ਜਿਹੜਾ ਕਨੈਕਸ਼ਨ ਵਾਲਾ ਹੈਗਾ, ਇਹ ਸਾਡੇ ਕੋਲ ਰੀਚਾਰਜੇਬਲ ਬੈਟਰੀ ਆ। ਇਹਨੂੰ ਸੋਲਰ ਪੈਨਲ ਨਾਲ ਅਟੈਚ ਕੀਤਾ ਹੋਇਆ ਇਸ ਕਿੱਟ ਦੇ ਨਾਲ, ਇਸ PCB ਦੇ ਨਾਲ। ਸੋ ਇਸ PCB ਦੇ ਦੁਆਰਾ ਇਹ ਸੋਲਰ ਪੈਨਲ ਤੋਂ ਰੀਚਾਰਜ ਹੁੰਦੀ ਆ। ਇਹਦਾ ਬ੍ਰੇਨ ਹੋ ਗਿਆ Arduino Uno ਅਤੇ ਇਹ ਸਾਡੀ ਆਊਟਪੁੱਟ ਹੋਊਗੀ। ਇਹ ਸਾਡੀਆਂ ਇਨਪੁੱਟ ਮੋਡਿਊਲਸ ਨੇ, ਇਨਪੁੱਟ ਮੋਡਿਊਲ ਮੈਂ ਆਪ ਤਿਆਰ ਕੀਤੇ ਹੈਗੇ ਨੇ ਇਹ ਸਾਰੇ। ਇਹਦੇ ਉੱਤੇ ਅਸੀਂ ਇੱਕ 7 ਸੈਗਮੈਂਟ ਡਿਸਪਲੇ ਯੂਜ਼ ਕੀਤਾ, ਨਾਲ DPDT ਸਵਿਚਿਸ ਯੂਜ਼ ਕੀਤੇ ਨੇ ਅਤੇ ਇਹਦਾ ਸਰਕਟ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਦਾਂਗਾ। ਸਿੰਪਲ ਨੇ ਪੀ ਆਪਾਂ 7 ਸੈਗਮੈਂਟ ਡਿਸਪਲੇ ਲਾਇਆ ਅਤੇ 2 LED ਲਾਏ ਨੇ ਅਤੇ ਇੱਕ DPDT ਸਵਿਚਿਸ ਲਗਾ ਦਿੱਤੀਆਂ ਅਤੇ ਨਾਲ ਰਜਿਸਟੈਂਸ ਕੁਲ ਲਾਈਆਂ ਨੇ। ਤਾਂ ਹੁਣ ਇਹਦੀ ਬਾਕੀ ਦੇਖਦੇ ਹਾਂ। ਤਾਂ ਇਹਨੂੰ ਪਾਵਰ ਆਨ ਕਰਦੇ ਹਾਂ। ਸੋ ਇੱਥੇ ਮੇਰੇ ਕੋਲ ਬਾਈਨਰੀ ਇਨਪੁੱਟ ਹੈ, ਯਾਨੀ ਕਿ ਜਿਹੜਾ ਲੌਜਿਕ ਮੇਰੇ ਕੋਲ 0 ਹੈਗਾ ਤਾਂ ਰੈੱਡ LED ਗਲੋ ਹੋ ਰਹੀ ਆ, ਅਤੇ ਜੇ 1 ਹੈਗਾ ਤਾਂ ਮੇਰੇ ਕੋਲ ਗ੍ਰੀਨ LED ਗਲੋ ਹੋ ਰਹੀ ਹੈਗੀ ਆ। ਅਤੇ ਇਹਨੂੰ ਚੇਂਜ ਕਰਨ ਦੇ ਲਈ ਮੈਂ ਜਿਹੜੇ DPDT ਸਵਿਚਿਸ ਨੇ ਉਹਨਾਂ ਨੂੰ ਅਪ ਐਂਡ ਡਾਊਨ ਮੂਵ ਕਰ ਦਾਂਗਾ, ਤਾਂ ਇੱਥੇ ਮੇਰੇ ਕੋਲ 0 ਔਰ 1 ਡਿਸਪਲੇ ਹੋ ਗਿਆ। ਫੋਰ ਐਗਜ਼ਾਮਪਲ ਇਹ ਸਾਡੇ ਕੋਲ ਬਾਈਨਰੀ ਇਨਪੁੱਟਸ ਨੇ, ਅਤੇ ਬਾਈਨਰੀ ਇਨਪੁੱਟ ਦੇ ਵਿੱਚ ਮੇਰੇ ਕੋਲ ਫਿਲਹਾਲ LSB ਇੱਥੋਂ ਸਟਾਰਟ ਹੋ ਰਹੀ ਆ, LSB ਤੋਂ MSB ਕੰਨੀ ਮੂਵ ਕਰਦੇ ਹਾਂ। ਅਤੇ ਜਦੋਂ LSB ਤੋਂ MSB ਕੰਨੀ ਮੂਵ ਕਰਦੇ ਹਾਂ ਤਾਂ ਮੇਰੇ ਕੋਲ ਹਰ ਇੱਕ ਬਿੱਟ ਦਾ ਜਿਹੜਾ ਵੇਟੇਜ ਆ ਉਹ ਇਨਕਰੀਜ਼ ਹੋ ਰਿਹਾ, ਯਾਨੀ ਕਿ 1, 2, 4, 8, 16, 32, 64 ਅਤੇ 128। ਸੋ ਇਹ ਮੇਰੀ ਹਾਇਰ ਬਿੱਟ ਹੋ ਗਈ, ਤਾਂ ਇਸੇ ਕਰਕੇ ਇਹਨੂੰ ਮੈਂ ਇਸ ਜਿਹੜੇ ਹੈਗੇ ਨੇ ਯਾਨੀ ਕਿ ਅਪਰ ਸਾਈਡ ਦੇ ਜਿੱਦਾਂ ਪੌੜੀਆਂ ਚੜ੍ਹਦੇ ਹਾਂ ਉੱਦਾਂ ਇਹ ਬਣਾਇਆ ਹੋਇਆ ਹੈਗਾ। ਸੋ ਇੱਥੇ ਅਸੀਂ ਇਨਪੁੱਟ ਕੀਤਾ 1, 0, 0, 0, 0, 0, 1 ਐਂਡ 0। ਇੱਥੇ ਮੇਰੇ ਕੋਲ 64 ਹੈ ਅਤੇ ਇੱਥੇ ਮੇਰੇ ਕੋਲ ਕੀ ਆ 1, ਯਾਨੀ ਕਿ ਟੋਟਲ ਕਿੰਨਾ ਹੋ ਗਿਆ ਮੇਰੇ ਕੋਲ 65। ਤਾਂ 65 ਦੇ ਵਿੱਚ ਇੱਥੇ ਮੇਰੇ ਕੋਲ ਇਨਪੁੱਟ ਡਿਸਪਲੇ ਹੋ ਰਹੀ ਹੈ। ਜੇ ਤੁਸੀਂ LCD ਸਕਰੀਨ ਤੇ ਦੇਖੋਗੇ ਤਾਂ ਇੱਥੇ ਮੇਰੇ ਕੋਲ 0, ਇੱਥੇ ਵੀ ਇਹੀ ਇਨਪੁੱਟ ਡਿਸਪਲੇ ਹੋ ਰਹੀ ਹੈ ਅਤੇ ਇੱਥੋਂ ਮੇਰੇ ਕੋਲ LSB ਇਸ ਤਰਫ ਤੋਂ ਸਟਾਰਟ ਹੋ ਰਹੀ ਹੈ 1, 0, 0, 0, 0, 0, 1, 0। ਤਾਂ ਮੇਰੇ ਕੋਲ ਜਿਹੜਾ ਡੈਸੀਮਲ ਬਣਿਆ ਉਹ ਬਣਿਆ 65, ਇੱਥੇ D=65 ਆ ਗਿਆ। ਓਕਟਲ ਦਾ ਮੇਰੇ ਕੋਲ ਬਣਿਆ ਹੈਗਾ 101 ਅਤੇ ਹੈਗਜ਼ਾਡੈਸੀਮਲ ਦੇ ਨੰਬਰ ਸਿਸਟਮ ਦੇ ਵਿੱਚ ਬਣਿਆ ਮੇਰੇ ਕੋਲ 41। ਆਹ ਜਿਹੜਾ ਮੇਰੇ ਕੋਲ A ਡਿਸਪਲੇ ਹੋ ਰਿਹਾ ਇਹ ਹੈਗਾ ASCII ਕਰੈਕਟਰ, ਤਾਂ ASCII ਕਰੈਕਟਰ 65 ਦਾ ਮੇਰੇ ਕੋਲ ਕੀ ਆ ਗਿਆ A ਆ ਗਿਆ। ਤਾਂ ਹੁਣ ਆਪਾਂ ਜੇ 32 ਵਾਲੀ ਆਪਾਂ ਅਪ ਕਰ ਦਿੰਦੇ ਹਾਂ ਤਾਂ ਮੇਰੇ ਕੋਲ ਸਮਾਲ A ਬਣ ਗਿਆ, ਤਾਂ 97 ਦਾ ਮੇਰੇ ਕੋਲ ASCII ਕਰੈਕਟਰ ਕੀ ਹੋ ਗਿਆ ਸਮਾਲ A। ਇਹ ਜਿਹੜੀ ਕਿੱਟ ਹੈਗੀ ਹੈ ਇਹ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਬਾਈਨਰੀ ਦੇ ਕਨਸੈਪਟ ਕਲੀਅਰ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਆ। ਸਾਰੀਆਂ ਬਿੱਟ 0, 65 ਦਾ ਬਣਿਆ ਸਾਡੇ ਕੋਲ ਕੈਪੀਟਲ A,
97 ਦਾ ਸਮਾਲ ਏ, 99 ਦਾ ਸਮਾਲ ਸੀ, 67 ਦਾ ਕੈਪੀਟਲ ਸੀ। ਸੋ ਜਿਵੇਂ ਜਿਵੇਂ ਅਸੀਂ ਚੇਂਜ ਕਰਦੇ ਰਹਾਂਗੇ ਤਿਵੇਂ ਤਿਵੇਂ ਜਿਹੜੇ ਸਾਡੀ ਸਕੋਡਿੰਗ ਹੈਗੀ ਆ ਉਹ ਚੇਂਜ ਹੁੰਦੀ ਰਹੂਗੀ। ਜਿੱਦਾਂ ਕਿ ਇੱਥੇ ਹੁਣ ਸਿੰਬਲ ਆ ਗਿਆ ਬਰੈਕਟ ਦਾ, ਇੱਥੇ ਸਾਡੇ ਕੋਲ ਅੰਡਰ